ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡਾ ਹੁਣ ਦਾ ਵਿਸ਼ਾ ਗੁਰੂ ਗ੍ਰੰਥ ਸਾਹਿਬ ਅਨੁਸਾਰ ਮਨੁੱਖ ਦੇ ਸਖਸ਼ੀ ਪੱਖ, ਆਈਡੀਅਲ ਮੈਨ, ਦਾ ਪ੍ਰੋਫਾਈਲ ਆਫ ਏ ਪਰਫੈਕਟ ਪਰਸਨ ਇਨ ਗੁਰੂ ਗ੍ਰੰਥ ਸਾਹਿਬ, ਕਿ ਗੁਰੂ ਗ੍ਰੰਥ ਸਾਹਿਬ ਅਨੁਸਾਰ, ਗੁਰਮਤ ਅਨੁਸਾਰ ਇੱਕ ਆਈਡੀਅਲ ਮੈਨ ਜਾਂ ਇੱਕ ਪਰਫੈਕਟ ਪਰਸਨ ਕਿਹੋ ਜਿਹਾ ਹੋਣਾ ਚਾਹੀਦਾ, ਗੁਰੂ ਗ੍ਰੰਥ ਸਾਹਿਬ ਕਿਵੇਂ ਸੇਧ ਦੇ ਰਿਹਾ ਉਸ ਬਾਰੇ ਹੈ। ਕਹਿੰਦੇ ਨੇ ਕਿ ਅਸਲ ਮਸਲਾ ਇਹ ਨਹੀਂ ਕਿ ਅਸੀਂ ਜ਼ਿੰਦਾ, ਅਸਲ ਮਸਲਾ ਇਹ ਹੈ ਕਿ ਅਸੀਂ ਕਿਸ ਤਰ੍ਹਾਂ ਜ਼ਿੰਦਾ। ਜੰਕ ਫੂਡ ਦਾ ਜ਼ਮਾਨਾ ਅਤੇ ਨਾਲ ਦੇ ਨਾਲ ਜੰਕ ਥਾਟਸ ਵੀ ਆ ਗਏ, ਖਾਸ ਕਰਕੇ ਸਾਡੇ ਯੰਗੈਸਟਰਸ ਦੇ ਵਿੱਚ, ਸਾਡੀ ਜਨਰੇਸ਼ਨ ਵਿੱਚ। ਜਿੱਥੇ ਦੇਖੋ ਉੱਥੇ ਵਾਇਲੈਂਸ ਦੀ ਗੱਲ। ਜਦੋਂ ਇਹ ਮਾਚਿਸ ਆਜ਼ਾਦ ਹੋਈ ਸੀ ਅਤੇ ਪੁਰਾਣੀ ਕਥਾ ਕਿ ਗਾਲਿਬ ਨੇ ਜਦੋਂ ਇਹ ਮਾਚਿਸ ਆਜ਼ਾਦ ਹੋਈ ਦੇਖੀ, ਤਾਂ ਪੁਰਾਣਾ ਟਾਈਮ ਹੈ, ਹਰ ਬੰਦਾ ਆਪਣੀ ਜੇਬ ਵਿੱਚ ਮਾਚਿਸ ਜ਼ਰੂਰ ਰੱਖਦਾ ਸੀ। ਅਤੇ ਉਹ ਕਹਿ ਹੈਰਾਨ ਹੋ ਕੇ ਕਹਿੰਦਾ ਕਿ ਕੈਸੇ ਲੋਕ ਨੇ, ਕੈਸੀ ਕੌਮ ਹੈ ਜੋ ਜੇਬਾਂ ਵਿੱਚ ਅੱਗ ਲੈ ਕੇ ਘੁੰਮ ਰਹੀ ਹੈ। ਹੁਣ ਇਹ ਅੱਗ ਜਿਹੜੀ ਹੈ, ਜਦੋਂ ਅਸੀਂ ਆਮ ਬਾਹਰ ਦੇਖਦੇ ਹਾਂ ਆਪਣੇ ਆਸ ਪਾਸ, ਕਿਸੇ ਨੂੰ ਤੁਸੀਂ ਇਸ ਤਰ੍ਹਾਂ ਟੱਚ ਕਰ ਲਓ ਅਤੇ ਤੁਸੀਂ ਦੇਖੋ ਕਿਵੇਂ ਬੰਬੜ ਵੱਜਦੇ ਨੇ। ਅਸੀਂ ਦੇਖ ਰਹੇ ਹਾਂ, ਅਖਬਾਰਾਂ ਵਿੱਚ ਪੜ੍ਹਦੇ ਹਾਂ, ਟੀਵੀ 'ਚ ਖਬਰਾਂ ਸੁਣ ਲਓ। ਮੌਲਾਨਾ ਰੂਮੀ ਇਰਾਨ ਦੇ ਬੜੇ ਵੱਡੇ ਇੱਕ ਸਪਿਰਚੁਅਲ ਫਿਲਾਸਫਰ ਹੋਏ ਨੇ, ਅਤੇ ਉਹ ਦਿਨ ਵਿੱਚ ਹੀ ਹੱਥ ਵਿੱਚ ਦੀਵਾ ਫੜ ਕੇ ਇੱਧਰ ਉੱਧਰ ਘੁੰਮ ਰਹੇ ਨੇ ਔਰ ਕਹਿ ਰਹੇ ਨੇ, ਯਾਰੋ ਮੈਂ ਪਸ਼ੂਆਂ ਨੂੰ, ਜਾਨਵਰਾਂ ਨੂੰ ਦੇਖ ਦੇਖ ਕੇ ਦੁਖੀ ਹੋ ਗਿਆ, ਕਿਸੇ ਮਨੁੱਖ ਦੀ ਭਾਲ ਵਿੱਚ ਹਾਂ, ਬਹੁਤ ਲੱਭ ਚੁੱਕਿਆ ਪਰ ਲੱਗਦਾ ਇਹ ਵਸਤੂ ਦੁਰਲੱਭ ਹੋ ਗਈ ਹੈ। ਔਰ ਅੱਜ ਵੀ ਜਦੋਂ ਅਸੀਂ ਦੇਖਦੇ ਹਾਂ ਕਿ ਮਨੁੱਖ ਕਿਸ ਤਰ੍ਹਾਂ ਦਾ ਬਣ ਗਿਆ, ਮਸਲਾ ਚਿੰਤਾ ਅਤੇ ਚਿੰਤਨ ਦਾ ਹੈ। ਬੜਾ ਇੱਕ ਖੂਬਸੂਰਤ ਸ਼ੇਰ ਹੈ ਕਿ ਸਪੇਰੋ ਨੇ ਨਾਗੋਂ ਕੋ ਯੇ ਕਹਿ ਕੇ ਛੋੜ ਦਿਆ ਕਿ ਜਹਾਨ ਮੇਂ ਇਨਸਾਨ ਹੀ ਕਾਫੀ ਹੈ ਇਨਸਾਨੋਂ ਕੋ ਡਸਨੇ ਕੇ ਲੀਏ। ਬੜਾ ਗੰਭੀਰ ਵਿਸ਼ਾ, ਆਪਣੇ ਪਰਸਨਲ ਫੈਮਿਲੀਜ਼ ਤੋਂ ਲੈ ਕੇ ਫਿਰ ਬਾਹਰ ਸਮਾਜ ਵਿੱਚ ਔਰ ਫਿਰ ਅੱਗੇ ਜਿਵੇਂ ਜਿਵੇਂ ਗਲੋਬਲਾਈਜੇਸ਼ਨ ਵਿੱਚ ਦੇਖੀਏ। ਮੈਂ ਪਹਿਲੇ ਲੈਕਚਰ ਵਿੱਚ ਵੀ ਇਹ ਚਿੰਤਾ ਜ਼ਾਹਿਰ ਕੀਤੀ ਸੀ ਕਿ ਇਹ ਮਸਲਾ ਬਹੁਤ ਬਹੁਤ ਗੰਭੀਰ ਹੈ। ਮੈਂ ਸੇਵਾ ਦੇ ਲੈਕਚਰ ਵਿੱਚ ਵੀ ਇਹ ਗੱਲ ਕੀਤੀ ਕਿ ਅਸੀਂ ਕਿਸ ਤਰ੍ਹਾਂ ਦੀ ਸੇਵਾ ਕਰੀਏ ਕਿ ਆਪਣੇ ਬੱਚਿਆਂ ਨੂੰ ਤਹਿਜ਼ੀਬ ਸਿਖਾਉਣ ਦੀ ਗੱਲ ਕਰੀਏ। ਔਰ ਯਕੀਨ ਮੰਨਣਾ, ਅੱਜ ਇੱਕ ਬੜਾ ਵੱਡਾ ਇਹ ਮਸਲਾ ਹੈ ਕਿ ਸਾਡੇ ਐਜੂਕੇਸ਼ਨ ਸਿਸਟਮ ਦੇ ਵਿੱਚ ਅਸੀਂ ਬੱਚਿਆਂ ਨੂੰ ਪੈਸਾ ਕਮਾਉਣ ਦੀ ਮਸ਼ੀਨ ਵਜੋਂ ਵਿਕਸਿਤ ਕਰ ਰਹੇ ਹਾਂ, ਲੇਕਿਨ ਇੱਕ ਚੰਗਾ ਮਨੁੱਖ, ਇੱਕ ਚੰਗਾ ਇਨਸਾਨ, ਇੱਕ ਆਈਡੀਅਲ ਜਿਹੜੇ ਗੱਲ ਕਰਦੇ ਹਾਂ ਆਈਡੀਅਲਿਜ਼ਮ ਦੀ, ਉਹ ਕਿਸ ਤਰ੍ਹਾਂ ਬਣਨਾ, ਉਸ ਬਾਰੇ ਸਾਡੇ ਐਜੂਕੇਸ਼ਨ ਸਿਸਟਮ ਦੇ ਵਿੱਚ ਕੋਈ ਗੱਲ ਹੈ ਨਹੀਂ। ਔਰ ਸਮਾਜਿਕ ਤੌਰ 'ਤੇ ਦੇਖੀਏ ਤਾਂ ਵਿਦਵਾਨਾਂ ਦੀ, ਵਿਵਤਾ ਦੀ, ਪੜ੍ਹਿਆਂ ਲਿਖਿਆਂ ਦੀ ਸਾਡੇ ਸਮਾਜ ਵਿੱਚ ਇੱਜ਼ਤ ਘੱਟ ਹੈ, ਲੇਕਿਨ ਪੈਸੇ ਵਾਲੇ ਔਰ ਅਨਪੜ੍ਹਾਂ ਦੀ ਇੱਜ਼ਤ ਬਹੁਤ ਹੈ। ਟੋਟਲ ਦੇ ਟੋਟਲ ਮੈਟਰੀਅਲਿਜ਼ਮ 'ਤੇ ਜਿਹੜੀ ਚੱਲ ਚਲੀ ਗਈ ਹੈ, ਅਤੇ ਇੱਕ ਆਈਡੀਅਲਿਜ਼ਮ ਜਿਹੜੀ ਗੱਲ ਹੈ, ਇਸ ਨੂੰ ਜੇ ਮਨੁੱਖਤਾ ਨੂੰ ਦੇਖੀਏ, ਮਨੁੱਖ ਨੂੰ ਦੇਖੀਏ, ਇਸ ਨੂੰ ਪ੍ਰਭਾਸ਼ਿਤ ਕਰਨ ਦੇ ਕਈ ਯਤਨ ਹੋਏ ਨੇ ਔਰ ਬੜੇ ਵੱਡੇ ਯੂਨਾਨ ਦੇ ਫਿਲਾਸਫਰ ਅਰਸਤੂ ਹੋਏ ਨੇ, ਉਸ ਨੇ ਮਨੁੱਖ ਨੂੰ ਇੱਕ ਸਮਾਜਿਕ ਪ੍ਰਾਣੀ ਕਿਹਾ, ਸੋਸ਼ਲ ਐਨੀਮਲ। ਪਰ ਜਿਹੜੀ ਸੋਸ਼ਲ ਐਨੀਮਲ ਦੀ ਗੱਲ ਕੀਤੀ ਹੈ, ਜਿਹੜੀ ਸਮਾਜਿਕਤਾ, ਇਹ ਤਾਂ ਫਿਰ ਪੰਛੀਆਂ ਦੇ ਵਿੱਚ, ਜਾਨਵਰਾਂ ਵਿੱਚ ਵੀ ਹੈ। ਉਹਦੀ ਮਿਸਾਲ ਹੈ ਸ਼ਹਿਦ ਦੀਆਂ ਮੱਖੀਆਂ ਲੈ ਲਓ, ਜਾਂ ਕੀੜੀਆਂ ਲੈ ਲਓ, ਜਾਂ ਹੋਰ ਬੜੇ ਇੰਸਟੈਂਸਿਸ ਦੇਖਦੇ ਨੇ ਉਸ ਸੋਸ਼ਲਿਜ਼ਮ ਤਾਂ ਉਹਨਾਂ ਵਿੱਚ ਵੀ ਹੈ, ਸੋਸ਼ਲ ਉਹ ਵੀ ਬੜੇ ਹੁੰਦੇ ਨੇ, ਇੱਕ ਦੂਜੇ ਦੀ ਇੱਕ ਮਿੰਟ 'ਚ ਹੈਲਪ ਕਰਦੇ ਨੇ। ਫਿਰ ਕੁਝ ਵਿਦਵਾਨਾਂ ਨੇ ਮਨੁੱਖ ਨੂੰ ਕਲਚਰਲ ਜੀਵ ਮੰਨਿਆ ਕਿ ਇਹ ਸੱਭਿਆਚਾਰਕ ਹੈ, ਸੰਸਕ੍ਰਿਤਿਕ ਹੈ, ਸੰਸਕ੍ਰਿਤਿਕ। ਪਰ ਇਹ ਇੱਕ ਜਿਹੜਾ ਗੁਣ ਹੋਰ ਵੀ ਜਿਹੜਾ ਮਨੁੱਖ ਕੋਲ ਹੈ, ਉਹ ਹੈ ਇੱਕ ਆਈਡੀਅਲਿਜ਼ਮ ਜਾਂ ਇੱਕ ਆਈਡੀਅਲ ਮਨੁੱਖ, ਜਾਂ ਆਈਡੀਅਲਿਜ਼ਮ ਜਾਂ ਆਈਡੀਅਲਿਸਟ ਕਿਵੇਂ ਹੋਇਆ ਜਾ ਸਕਦਾ, ਉਹ ਜਿਹੜੀ ਗੱਲ ਹੈ ਉਸ ਬਾਰੇ ਅਸੀਂ ਆਉਣਾ ਕਿ ਅਸੀਂ ਕਿਸ ਤਰ੍ਹਾਂ ਇੱਕ ਆਈਡੀਅਲਿਜ਼ਮ ਦੇ ਵੱਲ ਜਾ ਸਕਦੇ ਹਾਂ।
ਔਰ ਮੈਂ ਇੱਥੇ ਬੜੀ ਵਾਰ ਕਿਹਾ ਕਿ ਅੱਜ ਜਿਹੜੇ ਬੱਚੇ ਨੌਜਵਾਨ ਜਿਵੇਂ ਜਿਵੇਂ ਅੱਜ ਦੀ ਐਜੂਕੇਸ਼ਨ 'ਚ ਪੜ੍ਹ ਰਹੇ ਨੇ ਜਾਂ ਜਿਸ ਤਰ੍ਹਾਂ ਆਪਣੀ ਵਿਕਾਸ ਦੇ ਦੁਨੀਆ ਦੇ ਵਿੱਚ ਉਹ ਪ੍ਰਵੇਸ਼ ਕਰ ਰਹੇ ਨੇ ਤਾਂ ਉਹ ਮੰਨਦੇ ਨੇ ਕਿ ਧਰਮ ਜਿਹੜਾ ਇਹ ਬੜਾ ਪੁਰਾਣਾ ਖਿਆਲ ਹੈ, ਉਸਨੂੰ ਬੜਾ ਔਰਥੋਡੌਕਸ ਮੰਨਦੇ ਨੇ, ਬਲਕਿ ਇੱਥੋਂ ਤੱਕ ਮੰਨਦੇ ਨੇ ਕਿ ਸਾਡੇ ਵਿਕਾਸ ਦੀ ਜਿਹੜੀ ਰੁਕਾਵਟ ਹੈ ਉਹ ਇਸ ਧਰਮ ਕਰਕੇ ਹੈ। ਤਾਂ ਇਹ ਹੁਣ ਸਾਨੂੰ ਦੱਸਣਾ ਪਏਗਾ ਕਿ ਜਦੋਂ ਅਸੀਂ ਆਈਡੀਅਲ ਮਨੁੱਖ ਦੀ ਗੱਲ ਕਰਦੇ ਹਾਂ ਤਾਂ ਅਸੀਂ ਆਮ ਸੋਚਦੇ ਹਾਂ ਕਿ ਜਿਹੜੇ ਧਰਮ ਨੇ ਜਾਂ ਧਾਰਮਿਕ ਗ੍ਰੰਥ ਨੇ ਇਹਦੇ ਵਿੱਚੋਂ ਆਈਡੀਅਲਿਜ਼ਮ ਨਹੀਂ ਮਿਲਦਾ। ਔਰ ਸੱਚ ਹੈ, ਸਾਡੀ ਚਿੰਤਾ ਹੈ ਕਿ ਜਦੋਂ ਬੱਚਾ ਅਸੀਂ ਕਿਸੇ ਵੀ ਮੰਦਰ ਜਾਂ ਮਸਜਿਦ ਜਾਂ ਗੁਰਦੁਆਰੇ ਵਿੱਚ ਜਾਂਦਾ, ਜਦੋਂ ਉੱਥੋਂ ਦਾ ਨਿਜ਼ਾਮ ਦੇਖਦਾ ਤਾਂ ਉਸ ਨੂੰ ਬੜੀ ਨਿਰਾਸ਼ਾ ਹੁੰਦੀ ਹੈ। ਪਰ ਧਰਮ ਜਿਹੜਾ ਸਿਰਫ ਹੈ ਇਹ ਇਜ਼ਮ ਨਹੀਂ ਹੈ, ਇਸਨੂੰ ਬੱਚਿਆਂ ਨੇ ਨੌਜਵਾਨਾਂ ਨੇ ਮੰਨ ਲਿਆ ਕਿ ਇਜ਼ਮ ਹੈ, ਇੱਕ ਖਾਸ ਦਿੱਖ ਵਾਲਾ ਹੀ ਬੰਦਾ ਜਿਹੜਾ ਧਾਰਮਿਕ ਹੋ ਸਕਦਾ ਹੈ। ਔਰ ਸਾਡੇ ਮਨਾਂ ਵਿੱਚ ਜਦੋਂ ਧਰਮ ਦੀ ਗੱਲ ਆਉਂਦੀ ਹੈ ਤਾਂ ਇੱਕਦਮ ਕੁਝ ਐਸੇ ਸ਼ਕਲਾਂ ਨਜ਼ਰ ਆ ਜਾਂਦੀਆਂ ਨੇ ਕਿ ਲੰਬਾ ਚੋਲਾ ਹੈ, ਹੱਥ ਵਿੱਚ ਮਾਲਾ ਹੈ, ਗੋਲ ਪਗੜੀ ਹੈ, ਅਸੀਂ ਧਰਮ ਉਸਨੂੰ ਹੀ ਮੰਨ ਲੈਂਦੇ ਹਾਂ। ਲੇਕਿਨ ਕਮਾਲ ਹੈ ਕਿ ਗੁਰੂ ਗ੍ਰੰਥ ਸਾਹਿਬ ਇੱਕ ਜੀਵਨ ਜਾਂਚ ਹੈ, ਵੇ ਆਫ ਲਾਈਫ ਹੈ। ਔਰ ਇਸ ਦਾ ਜਿਹੜਾ ਆਈਡੀਅਲਿਜ਼ਮ ਇਹ ਗੁਰੂ ਗ੍ਰੰਥ ਸਾਹਿਬ ਵੱਲ ਜਿਹੜਾ ਗੁਰੂ ਗ੍ਰੰਥ ਸਾਹਿਬ ਆਈਡੀਅਲਿਜ਼ਮ ਵੱਲ ਇਸ ਤਰ੍ਹਾਂ ਲਿਜਾ ਰਿਹਾ ਕਿ ਉਹ ਪ੍ਰੈਕਟੀਕਲ ਵੀ ਹੈ ਔਰ ਬੜਾ ਸਿੰਪਲ ਵੇ ਹੈ ਉਸਦਾ, ਇਜ਼ੀ ਟੂ ਫੋਲੋ। ਸ਼ਰਤ ਜਿਹੜੀ ਅਸੀਂ ਵਾਰ ਵਾਰ ਇੱਥੇ ਚਿੰਤਾ ਜ਼ਾਹਿਰ ਕਰਦੇ ਹਾਂ ਔਰ ਵਾਰ ਵਾਰ ਤੁਹਾਡੇ ਨਾਲ ਮੈਂ ਗੱਲ ਕਰਦਾ, ਸ਼ਰਤ ਇਹ ਹੈ ਕਿ ਵੀ ਸ਼ੁੱਡ ਰੀਡ ਇਟ, ਵੀ ਸ਼ੁੱਡ ਅੰਡਰਸਟੈਂਡ ਇਟ। ਜਿਹੜੀ ਉਹ ਗੱਲ ਕਹੀ ਸੀ ਨਾ ਮੈਂ ਕਿ ਬਿਟਵੀਨ ਦਾ ਲਾਈਨ ਅਤੇ ਬਿਹਾਈਂਡ ਦਾ ਲਾਈਨ, ਜਦ ਤੱਕ ਉਹ ਨਹੀਂ ਕਰਦੇ, ਦੇਖੋ ਮਨੁੱਖ ਜਿੱਥੋਂ ਦੀ ਲੰਘਦਾ ਹੈ ਜਾਂ ਬੈਠਦਾ ਜਾਂ ਤਾਂ ਉੱਥੇ ਫੁੱਲ ਖਿਲਾਰਦਾ ਜਾਂ ਕੰਡੇ ਖਿਲਾਰਦਾ। ਇਹ ਤਾਂ ਫਿਰ ਜਦੋਂ ਉਹ ਚੰਗਾ ਛੱਡ ਕੇ ਜਾਂਦਾ ਤਾਂ ਉੱਥੇ ਦੁਬਾਰਾ ਬੈਠਣ ਵਾਲੇ ਲੋਕ ਦੱਸਣਗੇ ਕਿ ਇਹ ਫੁੱਲ ਖਿਲਾਰ ਕੇ ਗਿਆ ਜਾਂ ਕੰਡੇ ਖਿਲਾਰ ਕੇ ਗਿਆ। ਅਸੀਂ ਕਿਸ ਤਰ੍ਹਾਂ ਦੇ ਮਨੁੱਖ ਬਣਨਾ, ਕੰਡੇ ਖਿਲਾਰਨ ਵਾਲੇ ਜਾਂ ਫੁੱਲ ਖਿਲਾਰਨ ਵਾਲੇ, ਇਹ ਜਿਹੜੀ ਗੱਲ ਹੈ। ਮੈਂ ਸ਼ਾਇਦ ਪਹਿਲੇ ਲੈਕਚਰ 'ਚ ਇਹ ਗੱਲ ਕਹੀ ਸੀ ਕਿ ਜਦ ਤੱਕ ਅਸੀਂ ਕੋਈ ਖਾਣਾ ਖਾਂਦੇ ਹਾਂ ਜਦ ਤੱਕ ਅੰਦਰ ਨਹੀਂ ਲਿਜਾਂਦੇ ਪੇਟ ਦੇ, ਉਹ ਖੂਨ ਨਹੀਂ ਬਣਦਾ। ਇਸੇ ਤਰ੍ਹਾਂ ਅਸੀਂ ਧਰਮ ਨੂੰ ਸਿਰਫ ਮੂੰਹ 'ਚ ਹੀ ਚਬਾ ਰਹੇ ਹਾਂ, ਥੱਲੇ ਅੰਦਰ ਤੱਕ ਨਹੀਂ ਲੈ ਗਏ। ਜਦ ਤੱਕ ਧਰਮ ਨੂੰ ਆਪਣੇ ਅੰਦਰ ਨਹੀਂ ਲਿਜਾਂਦੇ, ਰਗਾਂ ਵਿੱਚ ਨਹੀਂ ਲਿਜਾਂਦੇ, ਸਾਡੇ ਖੂਨ ਵਿੱਚ ਨਹੀਂ ਆਉਂਦਾ, ਅਤੇ ਜਿਹੜੀਆਂ ਅਸੀਂ ਚਿੰਤਾਵਾਂ ਜ਼ਾਹਿਰ ਕਰ ਰਹੇ ਹਾਂ ਇਸ ਤਰ੍ਹਾਂ ਹੁੰਦਾ ਹੀ ਰਹੇਗਾ। ਧਰਮ ਇੱਕ ਰਸਤਾ ਹੈ, ਮਾਰਗ ਹੈ, ਉਹ ਇਹ ਰਸਤਾ ਸਿਰਫ ਜਾਣਨ ਨਾਲ ਨਹੀਂ, ਇਹ ਰਸਤਾ ਚੱਲਣ ਨਾਲ ਹੀ ਤੈਅ ਹੋਏਗਾ। ਇਹ ਸਾਡਾ ਅੱਜ ਦਾ ਜਿਹੜਾ ਵਿਸ਼ਾ ਹੈ ਕਿ ਗੁਰੂ ਗ੍ਰੰਥ ਸਾਹਿਬ ਅਨੁਸਾਰ ਇੱਕ ਆਈਡੀਅਲ ਮੈਨ ਕਿਸ ਤਰ੍ਹਾਂ ਬਣ ਸਕਦਾ ਹੈ। ਔਰ ਗੁਰੂ ਨਾਨਕ ਸਾਹਿਬ ਨੇ ਜਦੋਂ ਆਪਣੀ ਗੱਲ ਕੀਤੀ ਤਾਂ ਉਹਨਾਂ ਨੇ ਇੱਕ ਐਸੇ ਮਨੁੱਖ ਦੀ ਸਿਰਜਣਾ ਦੀ ਕਲਪਨਾ ਕੀਤੀ ਜਿਸ ਦਾ ਰੋਜ਼ ਦਾ ਦਿਨ ਚਰਿਆ ਹੀ ਜਿਹੜਾ ਉਹ ਆਦਰਸ਼ਕ ਹੋਵੇ। ਇਹ ਲੈਕਚਰ ਡਾਕਟਰ ਸ਼ਮਸ਼ੇਰ ਸਿੰਘ ਜੀ ਪੰਜਾਬੀ ਯੂਨੀਵਰਸਿਟੀ ਤੋਂ ਨੇ, ਬਹੁਤ ਕਿਤਾਬਾਂ ਲਿਖੀਆਂ ਨੇ, ਇੱਕ ਕਿਤਾਬ ਆਈਡੀਅਲ ਮੈਨ 'ਤੇ ਵੀ ਇਹਨਾਂ ਨੇ ਪੂਰੀ ਕਿਤਾਬ ਲਿਖੀ ਹੋਈ ਹੈ। ਗੁਰਮਤ ਕਾਲਜ ਨਾਲ ਬੜੇ ਚਿਰਾਂ ਤੋਂ ਜੁੜੇ ਹੋਏ ਨੇ, ਸਾਡੇ ਐੱਮਏ ਦੇ, ਐੱਮਏ ਰਿਲੀਜਨ, ਐੱਮਏ ਸਿੱਖ ਸਟੱਡੀ ਦੇ ਬੱਚਿਆਂ ਨੂੰ ਪੜ੍ਹਾਉਂਦੇ ਨੇ। ਪਿਛਲੇ ਕਈ ਸਾਲਾਂ ਤੋਂ ਸਾਡੇ ਬੱਚੇ ਯੂਨੀਵਰਸਿਟੀ ਟੌਪ ਕੀਤੀ ਹੈ, ਤਾਂ ਕਿੱਥੇ ਨਾ ਕਿੱਥੇ ਡਾਕਟਰ ਸਾਹਿਬ ਦੀ ਜਿਹੜੀ ਸੇਧ ਹੈ ਕਿ ਇਹ ਭਾਵੇਂ ਹੁਣ ਰਿਟਾਇਰ ਹੋ ਚੁੱਕੇ ਨੇ ਲੇਕਿਨ ਪਟਿਆਲੇ ਤੋਂ ਸਪੈਸ਼ਲ ਸਾਡੇ ਕੋਲ 2-3 ਦਿਨ ਹਫ਼ਤੇ 'ਚ ਆ ਕੇ ਇੱਥੇ ਰਹਿਣਾ, ਬੱਚਿਆਂ ਨੂੰ ਪੜ੍ਹਾਉਣਾ। ਤਾਂ ਮੈਂ ਡਾਕਟਰ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਅੱਜ ਦੇ ਇਸ ਵਿਸ਼ੇ ਬਾਰੇ ਇਹ ਗੱਲ ਕਰਨ 'ਚ। ਗੁਰੂ ਸਤਿਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਚਿਰਾਂ ਬਾਅਦ ਤੁਹਾਡੇ ਦਰਸ਼ਨ ਹੋਏ ਔਰ ਮੈਂ ਆਪਣੇ ਆਪ ਨੂੰ ਸੁਭਾਗ ਸਮਝਦਾ। ਦੂਜੀ ਮੈਂ ਵਧਾਈ ਚੇਅਰਮੈਨ ਸਾਹਿਬ ਨੂੰ ਇਹ ਦਿੰਦਾ ਕਿ ਇਹਨਾਂ ਦੇ ਜਿਹੜੇ ਪ੍ਰੋਫਾਈਲ ਬਣਿਆ ਹੋਇਆ ਇਹ ਪੈਂਫਲੇਟ, ਇਹਦੇ 'ਚ ਜਿਹੜੇ ਟੌਪਿਕ ਹੈ ਇਹਨਾਂ ਨੂੰ ਸਟੇਟ ਵੇ ਜਿੱਦਾਂ ਪਹਿਲਾਂ ਮੈਨਸ਼ਨ ਕਰਦੇ ਸੀ ਉੱਦਾਂ ਨਹੀਂ ਕਰਦੇ ਅੱਜ ਕੱਲ੍ਹ, ਇਹਨਾਂ ਦੇ ਵਿੱਚ ਵੀ ਬੜਾ ਮੈਨੂਟਲੀ ਬਹੁਤ ਬਰੀਕੀ ਨਾਲ ਇਹਨਾਂ ਨੇ ਟੱਚ ਕੀਤਾ ਹੋਇਆ। ਤਾਂ ਜਿਹੜਾ ਇਹਨਾਂ ਦੇ ਪਿੱਛੇ ਇੰਟਲੈਕਚੁਅਲ ਇੱਕ ਇਹਨਾਂ ਦਾ ਐਡਵਾਈਜ਼ਰ ਬੋਰਡ ਬੈਠਾ, ਮੈਂ ਉਹਨੂੰ ਵੀ ਵਧਾਈ ਦਿੰਦਾ। ਅੱਜ ਮੈਨੂੰ ਸਟੇਟ ਵੇ ਨਹੀਂ ਕਿਹਾ ਵੀ ਤੁਸੀਂ ਆਦਰਸ਼ ਮਨੁੱਖ ਦੀ ਗੱਲ ਕਰਨੀ ਆ, ਆਦਰਸ਼ ਮਨੁੱਖ ਦੇ ਜਿਹੜੇ ਕ੍ਰੈਡੈਂਸ਼ੀਅਲਸ ਨੇ, ਉਹਦੇ ਸ਼ਖਸੀਅਤ ਦੇ ਜਿਹੜੇ ਪੱਖ ਨੇ, ਉਹਨਾਂ ਦੀ ਗੱਲ ਕਰਨੀ ਆ। ਤੂੰ ਬੜਾ ਕਮਾਲ ਦਾ ਟੌਪਿਕ ਹੈ ਔਰ ਬੜਾ ਵਿਸ਼ਾਲ ਟੌਪਿਕ ਹੈ, ਬੜਾ ਡੂੰਘਾ ਟੌਪਿਕ ਹੈ, ਬੜਾ ਗੰਭੀਰ ਟੌਪਿਕ ਹੈ। ਜਿੱਥੋਂ ਚੇਅਰਮੈਨ ਸਾਹਿਬ ਨੇ ਗੱਲ ਖਤਮ ਕੀਤੀ ਮੈਂ ਉੱਥੋਂ ਸ਼ੁਰੂ ਕਰਦਾ। ਸਿੱਧਾ ਨੇ ਪੁੱਛਿਆ ਕਿ ਤੁਸੀਂ ਸਾਨੂੰ ਤਾਂ ਅਲਾਮਾ ਦਿੰਦੇ ਹੋ ਕਿ ਤੁਸੀਂ ਗਿਆਨਵਾਨ ਪੁਰਸ਼ ਹੋ, ਤੁਸੀਂ ਸੰਸਾਰ ਨੂੰ ਛੱਡ ਕੇ ਜੰਗਲਾਂ ਦੀਆਂ ਅਤੇ ਪਹਾੜਾਂ ਦੀਆਂ ਕੁੰਧਣਾਂ 'ਚ ਆ ਕੇ ਆਸਣ ਲਾ ਲਏ ਨੇ, ਤੁਸੀਂ ਇਹ ਬੇਸ ਕਿਉਂ ਧਾਰਨ ਕੀਤਾ? ਉਦਾਸੀ ਭੇਖ, ਮਤਲਬ
ਭਾਈ ਗੁਰਦਾਸ ਜੀ ਲਿਖਦੇ ਨੇ, ਹੋਏ ਅਤੀਤ ਗ੍ਰਿਸਤ ਤਜ ਫਿਰ ਉਹਨੂੰ ਕੇ ਕਰ ਮੰਗਣ ਜਾਈ। ਤਾਂ ਉਹ ਕਹਿੰਦੇ ਵੀ ਤੁਸੀਂ ਤਾਂ ਅਤੀਤ ਹੋ ਗਏ, ਤੁਸੀਂ ਵਿਦਵਾਨ ਪੁਰਸ਼ ਹੋ, ਗਿਆਨਵਾਨ ਸੋ, ਤੁਸੀਂ ਅਤੀਤ ਹੋ ਗਏ, ਜੰਗਲਾਂ 'ਚ ਆ ਗਏ, ਖੁੰਦਰਾਂ 'ਚ ਆ ਗਏ, ਪਹਾੜਾਂ 'ਤੇ ਆਸਣ ਲਾ ਲਏ। ਮੈਂ ਗ੍ਰਿਸਤੀ ਹਾਂ, ਮੈਂ ਸਿਰਫ ਉਹਨਾਂ ਯੋਗੀਆਂ ਅਤੇ ਸਿੱਧਾਂ ਨਾਥਾਂ ਪਰੰਪਰਾਵਾਂ ਦੇ ਵਿੱਚੋਂ ਹਾਂ ਜਿਹੜੀਆਂ ਕੰਟੈਂਪਰਰੀ ਸੋਰਸ ਸੀਗੇ। ਮੈਂ ਇੱਕ ਆਈਡਲ ਮੈਨ ਲੱਭਣਾ ਚਾਹੁੰਦਾ ਜਿਹੜਾ ਸੰਸਾਰ ਨੂੰ ਕੋਈ ਰਸਤਾ ਦੇ ਸਕੇ, ਅਤੇ ਮੈਂ ਉਹਨਾਂ ਦੀ ਭਾਲ ਵਿੱਚ ਹਾਂ। ਮੈਂ ਉਦਾਸੀ ਭੇਖ ਨਹੀਂ ਧਾਰਨ ਕੀਤਾ। ਉਹਨਾਂ ਨੇ ਪ੍ਰਸ਼ਨ ਕੀਤਾ ਕਿ ਤੁਸੀਂ ਉਦਾਸੀ ਭੇਖ ਧਾਰਨ ਕਿਉਂ ਕੀਤਾ? ਮਹਾਰਾਜ ਨੇ ਜਵਾਬ ਦਿੱਤਾ ਕਿ ਮੈਂ ਉਦਾਸੀ ਭੇਖ ਗੁਰਮੁਖਾਂ ਦੀ ਭਾਲ ਵਿੱਚ ਚੜਿਆ ਹੋਇਆ। ਇਹ ਉਹਨਾਂ ਦਾ ਜਵਾਬ ਸੀ, ਸਿੱਧ ਗੋਸ਼ ਦੇ ਵਿੱਚ ਆਉਂਦਾ ਹੈ। ਦੂਸਰੀ ਗੱਲ, ਗੁਰੂ ਸਾਹਿਬ ਕਹਿੰਦੇ ਨੇ ਕਿ ਇਹ ਸੰਸਾਰ 'ਤੇ ਧੁੰਦੂਕਾਰ ਮੱਚਿਆ ਹੋਇਆ, ਅੰਧੇਰਾ ਛਾਇਆ ਹੋਇਆ ਅਗਿਆਨਤਾ ਦਾ, ਇਹਦੇ ਵਿੱਚ ਰਾਹ ਕੋਈ ਨਹੀਂ ਦਿਸਦਾ ਕਿ ਆਪਾਂ ਕਿੱਧਰ ਨੂੰ ਜਾਣਾ। ਭਾਵ ਸਾਡੇ ਸਾਧਨਾ ਮਾਰਗ ਜੋ ਸਾਡੇ ਧਰਮ ਗ੍ਰੰਥ, ਧਰਮ ਸ਼ਾਸਤਰ, ਧਾਰਮਿਕ ਅਵਲੰਬੀ, ਧਾਰਮਿਕ ਮੁਖੀ ਸਾਨੂੰ ਦੱਸਦੇ ਨੇ, ਉਹ ਭੰਬਲ ਭੂਸਿਆਂ 'ਚ ਪਾ ਰਹੇ ਨੇ, ਭਰਮ ਵਿੱਚ ਪਾ ਰਹੇ ਨੇ, ਦੁਚਿੱਤੀ ਵਿੱਚ ਪਾ ਰਹੇ ਨੇ। ਕੋਈ ਮਾਰਗ ਨਹੀਂ ਸਾਂ, ਉਹ ਪਾਲ ਬਗੁਨੀ ਹੋਈ ਅੰਧੇਰੇ ਰਾਹ ਨਾ ਕੋਈ। ਅਤੇ ਮੈਂ ਇਸ ਰਾਹ ਨੂੰ ਲੱਭਣਾ ਚਾਹੁੰਦਾ, ਆਦਰਸ਼ ਰਾਹ, ਐਨ ਆਈਡਲ ਵੇ ਆਫ ਲਾਈਫ ਲੱਭਣਾ ਚਾਹੁੰਦਾ। ਦੂਸਰਾ, ਭਾਈ ਗੁਰਦਾਸ ਜੀ ਲਿਖਦੇ ਨੇ ਕਿ ਇਹ ਬਾਬਾ ਨਾਨਕ ਨੇ ਇਸ ਯੁੱਗ ਦੇ ਵਿੱਚ ਜਿਹੜਾ ਇੱਕ ਗਾਡੀ ਰਾਹ ਚਲਾਇਆ, ਗੁਰਮੁਖ ਗਾਡੀ ਰਾਹ ਚਲਾਇਆ, ਗਾਡੀ ਰਾਹ ਮਤਲਬ ਹੈ ਨੈਸ਼ਨਲ ਹਾਈਵੇ। ਤਾਂ ਨੈਸ਼ਨਲ ਹਾਈਵੇ ਦਾ ਭਾਵ ਹੈ ਕਿ ਜਿੱਥੇ ਅਸੀਂ ਸਾਰੇ ਆਈ ਪੰਥੀ ਸਗਲ ਜਮਾਤੀ ਕੁਲੈਕਟਿਵਲੀ, ਛੋਟੀਆਂ ਗੱਡੀਆਂ, ਵੱਡੀਆਂ ਗੱਡੀਆਂ, ਛੋਟੇ ਵਹੀਕਲ, ਵੱਡੇ ਗੱਡੀਆਂ, ਸਪੀਡ ਦੇ ਹਿਸਾਬ ਨਾਲ ਵੀ ਅਸੀਂ ਉਸ 'ਤੇ ਚੱਲ ਸਕੀਏ। ਤਾਂ ਗੁਰੂ ਨਾਨਕ ਸਾਹਿਬ ਨੇ ਜਿਹੜਾ ਗਾਡੀ ਰਾਹ ਦਿਖਾਇਆ, ਉਹ ਇੱਕ ਐਸਾ ਗਾਡੀ ਰਾਹ ਹੈ, ਇੱਕ ਆਦਰਸ਼ ਸਾਡਾ ਰਸਤਾ ਹੈ, ਜਿਹਦਾ ਵਿੱਚ ਗੁਰੂ ਸਾਹਿਬ ਨੇ ਸਾਧਨਾ ਮਾਰਗ ਅਤੇ ਗਿਆਨ ਮਾਰਗ ਨੂੰ ਸਿੰਥੇਥਾਈਜ਼ ਕੀਤਾ, ਸਮਨਵੇਂ ਮਿਲਾ ਦਿੱਤਾ। ਜਿਹੜੇ ਗਿਆਨ ਮਾਰਗੀ ਸਨ ਉਹ ਗਿਆਨ 'ਤੇ ਜ਼ੋਰ ਦਿੰਦੇ ਸਨ, ਜਿਹੜੇ ਸਾਧਨਾ ਮਾਰਗੀ ਸਨ ਉਹ ਸਾਧਨਾ 'ਤੇ ਜ਼ੋਰ ਦਿੰਦੇ ਸਨ, ਜਿਹੜੇ ਗਿਆਨ ਮਾਰਗੀ ਸਨ ਉਹ ਸੰਸਾਰ ਨੂੰ ਛੱਡ ਕੇ ਬਾਹਰ ਹੋ ਗਏ, ਸੰਸਾਰ ਤੋਂ ਉਹਨਾਂ ਅਭ੍ਰਿਖਤ ਧਾਰਨ ਕਰ ਲਿਆ, ਜਿਹੜੇ ਸਾਧਨਾ ਮਾਰਗੀ ਸਨ ਉਹ ਕਰਮਕਾਂਡਾਂ 'ਚ ਬਹਿ ਗਏ। ਦੋਨਾਂ ਦੇ ਵਿੱਚ ਭੰਬਲ ਭੂਸਾ ਸੀ, ਅਗਿਆਨਤਾ ਸੀ, ਕੋਈ ਸਮਨਵੇਂ ਨਹੀਂ ਸੀ, ਸਿੰਥੇਸਿਸ ਨਹੀਂ ਸੀ। ਤਾਂ ਗੁਰੂ ਸਾਹਿਬ ਨੇ ਗਿਆਨ ਅਤੇ ਧਰਮ ਨੂੰ ਸਾਂਝਾ ਇੱਕ ਰਸਤਾ ਬਣਾਇਆ ਜਿਹਦੇ ਵਿੱਚ ਗਿਆਨ ਵੀ ਹੈ ਅਤੇ ਧਰਮ ਵੀ ਹੈ। ਭਾਵ ਉਹਦੇ ਵਿੱਚ ਆਈਡੀਅਲਿਜ਼ਮ ਦੇ ਆਦਰਸ਼ ਨੂੰ ਮੁੱਖ ਰੱਖਦਿਆਂ ਹੋਇਆਂ ਵਿਵੇਕ ਬੁੱਧ ਵੀ ਹੈ ਅਤੇ ਨਾਲ ਨਾਲ ਨੈਤਿਕਤਾ ਵੀ ਹੈ। ਤਾਂ ਵਿਵੇਕ ਬੁੱਧ ਅਤੇ ਨੈਤਿਕਤਾ ਦਾ ਜਿਹੜਾ ਕੰਬੀਨੇਸ਼ਨ ਹੈ ਉਹ ਗੁਰਬਾਣੀ ਦੇ ਵਿੱਚ ਕਮਾਲ ਦਾ ਹੈ। ਗੁਰੂ ਸਾਹਿਬ, ਭਾਈ ਗੁਰਦਾਸ ਇੱਕ ਤਾਂ ਹੋਰ ਲਿਖਦੇ ਨੇ ਗੁਰੂ ਸਾਹਿਬ ਬਾਰੇ, ਗੁਰੂ ਨਾਨਕ ਸਾਹਿਬ ਬਾਰੇ, ਕਿ ਇਹ ਧਰਤੀ ਡਾਮਾਡੋਲ ਹੈ ਆਪਣੇ ਪਾਪਾਂ ਦੇ ਭਾਰ ਕਰਕੇ, ਇਹਨੂੰ ਕੋਈ ਥੰਮਣ ਵਾਲਾ ਨਹੀਂ। ਜੇ ਥੰਮਣ ਵਾਲਾ ਉਹ ਸਾਧ ਹੈ, ਸਾਧਨਾ ਦਿਸੇ ਜੱਗ ਵਿੱਚ ਕੋਆ, ਕੋਈ ਸਾਧ ਮੈਨੂੰ ਦੱਸ ਜੱਗ ਵਿੱਚ ਨਹੀਂ ਦਿਸਦਾ ਜਿਹੜਾ ਇਸ ਧਰਤੀ ਨੂੰ ਥੰਮ ਸਕੇ। ਤਾਂ ਉਹਨਾਂ ਨੇ ਬਾਬਾ ਨਾਨਕ ਨੂੰ ਇੱਕ ਆਈਡਲ ਪਰਸਨ ਦੇ ਤੌਰ 'ਤੇ ਉਹਨਾਂ ਨੇ ਕਿਹਾ, ਗੁਰਮੁਖ ਖੋਜਤ ਪਏ ਉਦਾਸੀ, ਗੁਰੂ ਨਾਨਕ ਸਾਹਿਬ ਦਾ ਥਾਂ ਗੁਰਮੁਖ ਕਲਯੁਗ ਪ੍ਰਗਟ ਹੋਆ। ਭਾਈ ਗੁਰਦਾਸ, ਗੁਰਮੁਖ ਕਲਯੁਗ ਪ੍ਰਗਟ ਹੋਆ, ਗੁਰਮੁਖ ਤਾਂ ਭਾਵ ਅਸੀਂ ਉਹਦੇ ਦੋ ਮੀਨਿੰਗ ਲੈ ਲੈਂਦੇ, ਅਮਾਮੁਨ ਇੱਕ ਤਾਂ ਉਹਦੇ ਅੱਖਰੀ ਅਰਥ, ਦੂਸਰਾ ਉਹਦਾ ਬੇਸ ਬਾਹਰ ਜਿਹੜਾ ਗੁਰਮੁਖ ਆ ਜਿਹੜਾ ਗੁਰੂ ਵੱਲ ਮੁੱਖ ਰੱਖਦਾ ਜਾਂ ਗੁਰੂ ਨੂੰ ਮੰਨਦਾ, ਨੋ, ਇਹ ਬਾਹਰਲੇ ਅਰਥ ਨੇ, ਉਹਦੇ ਵਿੱਚ ਅੰਤਰੀਵ ਅਰਥ ਕੀ ਨੇ ਉਹ ਸਾਨੂੰ ਸਮਝਣ ਦੀ ਲੋੜ ਹੈ ਕਿ ਗੁਰਮਤ ਦਾ ਮਾਰਗ ਕੀ ਆ। ਗੁਰਮੁਖ ਖਾਲੀ ਅੱਖਰਾਂ ਨਾਲ ਗੁਰੂ ਵੱਲ ਮੁੱਖ ਰੱਖਣਾ, ਨੋ, ਇਟ ਇਜ਼ ਏ ਲਿਟਰਲੀ ਮੀਨਿੰਗ, ਜਾਂ ਕੋਈ ਵੇਸ਼ਭੂਸ਼ਾ ਧਾਰਨ ਕਰ ਲੈਣਾ ਜਿਹਨੂੰ ਗੁਰਬਾਣੀ ਨੇ ਸੰਤ ਵੀ ਆਖਿਆ, ਭਾਈ ਗੁਰੂ ਅਰਜਨ ਪਾਤਸ਼ਾਹ ਨੇ ਸਾਧ ਵੀ ਆਖਿਆ, ਹੋਰ ਵੀ ਸਾਨੂੰ ਨਾਮ ਦਿੱਤੇ ਨੇ, ਲੇਕਿਨ ਇਹ ਅੱਖਰੀ ਅਰਥ ਨੇ, ਅੱਖਰੀ ਅਰਥਾਂ ਦੇ ਪਿੱਛੇ ਇੱਕ ਅੰਤਰੀ ਅਰਥ ਨੇ ਜਿਹੜੀ ਗੁਰਬਾਣੀ ਉਹਨਾਂ ਨੂੰ ਕਨਵੇ ਕਰਦੀ ਆ, ਆਪਾਂ ਅੱਜ ਉਹ 'ਤੇ ਵਿਚਾਰ ਕਰਨੀ ਆ। ਇਹ ਗੁਰਬਾਣੀ ਦੇ ਵਿੱਚ ਸਿਧਾਂਤਿਕ ਪੱਖ, ਆਈਡਲ ਪੱਖ ਅਤੇ ਅਚੀਵਮੈਂਟ, ਗੁਰਬਾਣੀ 'ਚ ਆਇਆ ਸੱਚ 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 ਸਭ ਕੀਨਾ, ਤਿੰਨ ਵਾਰੀ ਆਇਆ। ਪਹਿਲਾ ਸੱਚ ਪਰਮਾਤਮਾ ਲਈ ਆਇਆ, ਗੋਡ ਇਜ਼ ਟਰੂਥ, ਉਹਦੀ ਕ੍ਰੀਏਸ਼ਨ ਟਰੂ, ਉਹਨੂੰ ਮੰਨਣ ਵਾਲਾ ਟਰੂ। ਤੋ ਜਿਹੜਾ ਟਰੂਥਫੁੱਲਨੈਸ ਹੈ ਇਹਨੂੰ ਗੁਰਬਾਣੀ ਨੇ ਵਿੱਚ ਕਿਹਾ ਪਰਫੈਕਟ, ਇਹਨੂੰ ਗੁਰਬਾਣੀ ਨੇ ਪਰਫੈਕਟ ਕਿਹਾ ਕਿ ਉਹ ਬੰਦਾ ਇੱਕ ਸੀਕੁਐਂਸ ਦੇ ਵਿੱਚ ਆ ਰਿਹਾ। ਤਾਂ ਉਹ ਜਿਹੜੀ ਪਰਫੈਕਟਨੈਸ ਹੈ
ਜਾਂ ਫੁਲਫਿਲਮੈਂਟ ਆਫ ਲਾਈਫ ਹੈ ਉਹ ਗੁਰਬਾਣੀ ਇੱਕ ਸੀਕੁਐਂਸ ਦੇ ਤੌਰ 'ਤੇ ਜਿਹੜਾ ਪਰਮਾਤਮਾ ਸੱਚ ਨੂੰ ਧਾਰਨ ਕਰਦਾ ਉਸੀ ਕ੍ਰੀਏਸ਼ਨ ਦੇ ਵਿੱਚ ਉਸੀ ਸੰਸਾਰ ਦੀ ਇਸ ਕ੍ਰੀਏਸ਼ਨ ਦੇ ਵਿੱਚ ਸੱਚ ਨੂੰ ਭਾਲਦਾ ਸੱਚ ਨੂੰ ਲੱਭਦਾ ਸੱਚ ਨੂੰ ਪਿਆਰ ਕਰਦਾ ਅਤੇ ਉਹ ਸੱਚਾ ਬਣ ਸਕਦਾ। ਤੋ ਸੱਚ ਇੱਕ ਪਾਸੇ ਆਦਰਸ਼ ਹੈ, ਇੱਕ ਪਾਸੇ ਸਰੋਤ ਹੈ, ਸਾਧਨ ਹੈ, ਤੀਸਰੇ ਪਾਸੇ ਅਚੀਵਮੈਂਟ ਹੈ। ਸੋਰਸ, ਸਾਧਨ ਅਤੇ ਅਚੀਵਮੈਂਟ, ਤੋ ਤਿੰਨੇ ਹੀ ਸੱਚ ਗੁਰਬਾਣੀ ਦੇ ਵਿੱਚ। ਹੁਣੇ ਆਪਾਂ ਦਫ਼ਤਰ ਬੈਠੇ ਇੱਕ ਬਚਨ ਹੋਇਆ ਸੀ, ਪਵਿੱਤਰ 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 ਪੁਨੀਤ, ਇਹ ਤਿੰਨੇ ਸ਼ਬਦ ਉਸੇ ਗੱਲ ਨੂੰ ਪਰਲੇ ਕਰਦੇ ਨੇ। ਤੋ ਕਹਿਣ ਤਾਂ ਭਾਵ ਹੈ ਗੁਰਬਾਣੀ ਦੇ ਵਿੱਚ ਆਮ ਤੌਰ 'ਤੇ ਅਸੀਂ ਮਨੁੱਖ ਦੀ ਗੱਲ ਕਰਤੀ ਆ, ਲੇਕਿਨ ਜਿਹੜਾ ਮੈਨੂੰ ਟੌਪਿਕ ਮਿਲਿਆ ਉਹ ਉਸ ਮਨੁੱਖ ਦੀ ਗੱਲ ਨਹੀਂ ਜੋ ਅਸੀਂ ਬਾਹਰ ਦੇਖਦੇ ਹਾਂ, ਮਿਲਦੇ ਹਾਂ, ਗੱਲਾਂ ਬਾਤਾਂ ਕਰਦੇ ਹਾਂ, ਵਿਵਹਾਰਕ ਜ਼ਿੰਦਗੀ ਜੋ ਧਾਰਮਿਕ ਡਿਸਕਸ਼ਨ ਕਰਦੇ ਹਾਂ ਉਹ ਮਨੁੱਖ ਨਹੀਂ। ਉਸ ਮਨੁੱਖ ਦਾ ਕੁਛ ਨਾ ਕੁਛ ਜ਼ਿੰਦਗੀ ਦੇ ਵਿੱਚ ਇੱਕ ਐਸਾ ਮਾਰਗਦਰਸ਼ਨ ਹੈ ਜਿਸ ਤੋਂ ਅਸੀਂ ਪ੍ਰਭਾਵਿਤ ਹੁੰਦੇ ਹਾਂ, ਜਿਹੜਾ ਉਹਦਾ ਰਿਫਲੈਕਸ਼ਨ ਹੈ, ਉਸ ਰਿਫਲੈਕਸ਼ਨ ਸਾਨੂੰ ਉਹਦੇ ਪ੍ਰਤੀ ਅਟਰੈਕਟ ਕਰਦਾ, ਅਟੈਚਮੈਂਟ ਪੈਦਾ ਕਰਦਾ, ਉਹਦੇ ਨਾਲ ਮਿਲ ਕੇ ਸਕੂਨ ਪੈਦਾ ਹੁੰਦਾ, ਉਹਦੇ ਨਾਲ ਮਿਲ ਕੇ ਗੱਲਾਂ ਵਿਚਾਰ ਵਟਾਂਦਰਾ ਹੁੰਦਾ ਅਤੇ ਕੁਛ ਨਾ ਕੁਛ ਸਾਨੂੰ ਪ੍ਰਾਪਤੀ ਹੁੰਦੀ ਆ। ਤੋ ਗੁਰਬਾਣੀ ਨੇ ਉਸ ਆਦਰਸ਼ ਵਿਅਕਤੀ ਦੀ ਗੱਲ ਕੀਤੀ ਆ, ਉਹਦੇ ਵਾਸਤੇ ਬਹੁਤ ਸਾਰੇ ਸ਼ਬਦ ਆਏ ਨੇ, ਸਚਿਆਰ, ਬ੍ਰਹਮ ਗਿਆਨੀ, ਗੁਰਮੁਖ, ਸਾਧ, ਸੰਤ, ਇਹ ਤਾਂ ਗੁਰਬਾਣੀ ਦੇ ਸ਼ਬਦ ਹੈ ਨਾ, ਗੁਰਮਤ ਵਿਚਾਰਧਾਰਾ ਦੇ ਸ਼ਬਦ, ਜਿਹੜੇ ਗੁਰੂ ਸਾਹਿਬ ਨੇ ਆਪਣੇ ਢੰਗ ਨਾਲ ਡਿਸਪਲੇ ਕੀਤੇ ਨੇ, ਉਹਨਾਂ ਦੇ ਵਿੱਚ ਜਿਹੜਾ ਗੁਣ ਤੱਤ ਵਸਤੂ ਸਾਡੇ ਸਾਹਮਣੇ ਪੇਸ਼, ਲੇਕਿਨ ਨਹੀਂ, ਗੁਰੂ ਸਾਹਿਬ ਨੇ ਕੰਟੈਂਪਰਰੀ ਸਮਕਾਲੀ ਧਰਮਾਂ ਦੇ ਲੋਕਾਂ ਦੇ ਵੀ ਗੱਲ ਕੀਤੀ ਆ, ਉਹਨਾਂ ਦੇ ਵਿੱਚ ਜਿਹੜਾ ਆਦਰਸ਼ ਵਿਅਕਤੀ ਮੰਨੇ ਜਾਂਦੇ ਸਨ ਉਹ ਮੈਂ ਥੋੜ੍ਹਾ ਜ਼ਿਕਰ ਕਰਾਂਗਾ। ਤੂੰ ਕਹਿਣ ਦਾ ਮਤਲਬ ਹੈ ਇੱਥੇ ਗੁਰਬਾਣੀ ਦੇ ਵਿੱਚ ਸਭ ਤੋਂ ਪਹਿਲਾਂ ਮੁੱਖ ਨੁਕਤਾ ਇਵੇਂ ਕਿ ਮਨੁੱਖ ਹੀ ਸਚਿਆਰਾ ਆਈਡਲ ਪਰਸਨ ਪਰਫੈਕਟ ਮੈਨ ਬਣ ਸਕਦਾ। ਜੋ ਡਿਕਸ਼ਨਰੀ ਮੀਨਿੰਗ ਹੈ ਪ੍ਰੋਫਾਈਲ ਆਫ ਦੈਨ ਪਰਫੈਕਟ ਮੈਨ, ਉਹਨੂੰ ਮੈਂ ਥੋੜ੍ਹਾ ਇਸ ਤਰ੍ਹਾਂ ਐਕਸਪਲੇਨ ਕਰਦਾ, ਦੀ ਐਲੀਮੈਂਟਸ ਆਫ ਡਿਵਾਈਨ ਐਲੀਮੈਂਟਸ ਆਫ ਦੀ ਮੈਨ ਵਿਚ ਹੈਜ਼ ਬਿਨ ਡਿਪਿਕਟਡ ਇਨ ਗੁਰੂ ਗ੍ਰੰਥ ਸਾਹਿਬ, ਜਿਹੜੇ ਉਹਦੇ ਅੰਦਰੂਨੀ ਤੱਤ ਨੇ, ਉਹਦੇ ਦੈਵੀ ਤੱਤ ਨੇ, ਜੋ ਅਸੀਂ ਉਹਦੇ ਪਿੱਛੇ ਵੇਖਦੇ ਹਾਂ ਉਹ ਸਾਨੂੰ ਗੁਰਬਾਣੀ 'ਚ ਮਿਲਦੇ ਨੇ। ਤੋ ਡਿਵਾਈਨ ਐਲੀਮੈਂਟ ਕਿਹੜੇ ਨੇ, ਦੈਵੀ ਤੱਤ ਕਿਹੜੇ ਨੇ, ਉਹ ਗੁਰਬਾਣੀ ਉਸ ਬਾਰੇ ਬਿਲਕੁਲ ਜ਼ਿਕਰ ਵੀ ਕਰਦੀ ਆ, ਵਿਚਾਰ ਵੀ ਕਰਦੀ ਆ, ਤਾਂ ਉਹਨਾਂ ਦਾ ਇੱਕ ਪ੍ਰੈਕਟੀਕਲ ਸਰੂਪ ਸਾਡੇ ਸਾਹਮਣੇ ਪੇਸ਼ ਵੀ ਕਰਦੀ ਆ। ਤੋ ਜਦੋਂ ਅਸੀਂ ਮਨੂਟਲੀ ਗੁਰਬਾਣੀ ਦਾ ਚਿੰਤਨ ਕਰਦੇ ਹਾਂ, ਗੁਰੂ ਸਾਹਿਬ ਕਹਿੰਦੇ ਨੇ ਕਿ ਮਨੁੱਖ ਇਸ ਵਰਤਮਾਨ ਅਵਸਥਾ ਵਿੱਚ ਆਈਡਲ ਪਰਸਨ ਨਹੀਂ, ਆਦਰਸ਼ ਵਿਅਕਤੀ ਨਹੀਂ। ਹਾਂ, ਇਹ ਬੜੀ ਬੜੀ ਕਮਾਲ ਦੀ ਗੱਲ ਹੈ ਕਿ ਮਨੁੱਖ ਦੇ ਵਿੱਚ ਇਹ ਕਪੈਸਿਟੀ ਹੈ ਕਿ ਤੂੰ ਆਈਡਲ ਪਰਸਨ ਬਣ ਸਕਦਾ। ਇਹ ਇੱਕ ਕਿਰਿਓਸਿਟੀ ਹੈ, ਇੱਕ ਪ੍ਰੇਰਨਾ ਹੈ, ਇੱਕ ਸਾਡੇ ਅੰਦਰ ਭਾਵਨਾ ਹੈ ਜੋ ਜਾਗਰਤ ਕਰਦੀ ਹੈ ਗੁਰਬਾਣੀ ਪੜ੍ਹ ਕੇ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤਕ ਫਕੜੇ ਸਭ ਮੁਕਦੀ ਚੱਲੀ ਰਹਿਣ। ਤੂੰ ਤਾਂ ਲਾਹਾ ਲੈਣਾ ਆ, ਤੇਰਾ ਜੀਵਨ ਬੜਾ ਕੀਮਤੀ ਹੈ। 84 ਲੱਖ ਜੋਨ ਦੇ ਭਰਮਣ ਤੋਂ ਬਾਅਦ ਇਹ ਤੈਨੂੰ ਮਨੁੱਖਾ ਜਨਮ ਪ੍ਰਾਪਤ ਹੋਇਆ, ਤੂੰ ਇਸ ਨੂੰ ਅਜਾਈ ਗਵਾ ਰਿਹਾ, ਤਾਂ ਇਹ ਤੇਰਾ ਜੀਵਨ ਦਾ ਆਦਰਸ਼ ਨਹੀਂ ਹੈ, ਇਹ ਤੇਰਾ ਜੀਵਨ ਦਾ ਸਾਧਨ ਹੈ ਲੇਕਿਨ ਅਚੀਵਮੈਂਟ ਨਹੀਂ ਹੈ। ਤੂੰ ਸਾਧਨ ਦੇ ਵਿੱਚ ਲੁਪਤ ਹੋ ਕੇ ਆਪਣੇ ਆਪ ਨੂੰ ਗਵਾ ਦਿੱਤਾ। ਤੂੰ ਕਹਿਣ ਤਾਂ ਭਾਵ ਹੈ ਕਿ ਮਨੁੱਖ ਦੇ ਵਿੱਚ ਕਪੈਸਿਟੀ ਹੈ ਕਿ ਉਹ ਆਈਡਲ ਪਰਸਨ ਬਣ ਸਕਦਾ, ਲੇਕਿਨ ਪ੍ਰੈਜੈਂਟ ਸਿਚੁਏਸ਼ਨ ਦੇ ਵਿੱਚ ਉਹ ਆਈਡਲ ਪਰਸਨ ਨਹੀਂ ਹੈ। ਗੁਰਬਾਣੀ ਕਹਿੰਦੀ ਆ, ਮਤਲਬ ਪਰਮਾਤਮਾ ਨੂੰ ਮੁਖਾਤਬ ਕਰਦੀ ਆ, ਹਮ ਮੈਲੇ ਤੁਮ ਉੱਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਤਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ, ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ, ਨਿੱਕੋ ਠਾਕ, ਮਤਲਬ ਕੰਪੈਰੇਟਿਵ ਹੈ। ਹੇ ਪਰਮਾਤਮਾ ਤੂੰ ਪੂਰਾ ਆ, ਅਸੀਂ ਅਧੂਰੇ ਹਾਂ, ਲੇਕਿਨ ਹਾਂ ਅਸੀਂ ਤੇਰੇ ਦਿੱਤੇ ਹੋਏ ਉਪਦੇਸ਼ ਦੇ ਮੁਤਾਬਕ ਪੂਰੇ ਹੋ ਸਕਦੇ ਹਾਂ। ਇਹ ਸਾਡੇ ਵਾਸਤੇ ਇੱਕ ਮਾਰਗਦਰਸ਼ਨ ਹੈ, ਸਾਡੇ ਵਰਗੇ ਬਹੁਤ ਇੱਕ ਆਪਸ਼ਨ ਹੈ ਕਿ ਅਸੀਂ ਕਿਹੜਾ ਰਸਤਾ ਚੁਣਨਾ, ਸੰਸਾਰੀ ਰਸਤਾ ਚੁਣਨਾ ਕਿ ਅਸੀਂ ਅਧਿਆਤਮਕਵਾਦ ਦਾ ਰਸਤਾ ਚੁਣਨਾ। ਜਿਹੜੀ ਸਭ ਤੋਂ ਵੱਡੀ ਗੱਲ ਗੁਰੂ ਸਾਹਿਬ ਨੇ ਕੀਤੀ ਉਹ ਇਹ ਕੀਤੀ ਕਿ ਇਸ ਆਈਡਲਿਜ਼ਮ ਨੂੰ, ਇਸ ਆਦਰਸ਼ਵਾਦ ਨੂੰ ਪ੍ਰਾਪਤ ਕਰਨ ਲਈ ਸੰਸਾਰ ਤਿਆਗਣ ਦੀ ਲੋੜ ਨਹੀਂ। ਇਹ ਸਭ ਤੋਂ ਵੱਡੀ ਅਚੀਵਮੈਂਟ ਸੀ ਗੁਰੂ ਸਾਹਿਬ ਦੇ ਵੇਲੇ, ਸੰਸਾਰ ਨੂੰ ਤਿਆਗਣ ਦੀ ਲੋੜ ਨਹੀਂ, ਲੇਕਿਨ ਸੰਸਾਰ ਨੂੰ ਤਿਆਗੇ ਬਿਨਾਂ ਇਸ ਆਦਰਸ਼ ਨੂੰ ਪ੍ਰਾਪਤ ਕਰਨਾ ਵੀ ਸਿਖਾਲਾ ਨਹੀਂ। ਇੰਨਾ ਗੁਰੂ ਸਾਹਿਬ ਨੇ ਬਿਲਕੁਲ ਕਮਾਲ ਦੀ ਗੱਲ ਕੀਤੀ ਆ ਕਿ ਜਿਹੜਾ ਧਰਮ ਹੈ, ਅਰਥ ਹੈ, ਮੇਰੇ ਵੀਰ ਨੇ ਪਹਿਲੇ ਲੈਕਚਰ ਦੀ ਗੱਲ ਕੀਤੀ ਸੀ, ਚਾਰ ਪਦਾਰਥ ਲੈ ਜਗ ਜਨਮਿਆਂ
ਸਿਵ ਸ਼ਕਤੀ ਘਰ ਵਾਸ ਕੀਆ। ਹੇ ਮਨੁੱਖ, ਤੂੰ ਚਾਰ ਪਦਾਰਥ ਤੁਰੋਂ ਲੈ ਕੇ ਆਇਆ, ਧਰਮ, ਅਰਥ, ਕਾਮਨਾ, ਡਿਜ਼ਾਇਰਸ, ਆਪਣੀਆਂ ਜਿੰਨੀਆਂ ਲੋੜੀਂਦੀਆਂ ਵਸੂ ਨੇ, ਅਤੇ ਮੁਕਤੀ। ਤਿੰਨ ਪਦਾਰਥ ਤੈਨੂੰ ਮਿਲੇ ਨੇ ਗਿਫਟ ਵਿੱਚ, ਚੌਥਾ ਪਦਾਰਥ ਤੂੰ ਇਨ ਗਿਫਟ ਨੂੰ ਪ੍ਰੋਪਰਲੀ ਯੂਜ਼ ਕਰੇਗਾ, ਸਿਸਟਮੈਟਿਕਲੀ ਯੂਜ਼ ਕਰੇਗਾ, ਕਿਸੇ ਡਿਸਿਪਲਿਨ 'ਚ ਯੂਜ਼ ਕਰੇਗਾ, ਤਾਂ ਚੌਥਾ ਪਦਾਰਥ ਪ੍ਰਾਪਤ ਹੋਣਾ। ਅਦਰਵਾਈਜ਼ ਨਹੀਂ, ਮੁਕਤੀ ਹੈ, ਉਹਨੂੰ ਆਪਾਂ ਕੋਈ ਵੀ ਰੰਗ ਦੇ ਲਈਏ, ਸਾਲਵੇਸ਼ਨ ਕਹਿ ਲਓ, ਨਿਜ਼ਾਤ ਕਹਿ ਲਓ, ਬਹੁਤ ਸਾਰੇ ਧਰਮ ਨੇ ਆਪੋ ਆਪਣੇ ਢੰਗ ਨਾਲ ਉਹਦੀ ਵਿਆਖਿਆ ਕੀਤੀ, ਉਹ ਗੱਲ ਇੱਕੋ ਹੀ ਆ। ਸਪਸ਼ਟ ਇਹ ਆ, ਉਸ ਤੋਂ ਬਾਅਦ ਮਹਾਰਾਜ ਉਹਦਾ ਜਵਾਬ ਦਿੰਦੇ ਨੇ, ਸਤਿਗੁਰ ਕੇ ਵਸ ਚਾਰ ਪਦਾਰਥ, ਗੁਰੂ ਦੇ ਪਾਸ ਚਾਰ ਪਦਾਰਥਾਂ ਦੀ ਸੋਝੀ ਹੈ, ਗਿਆਨ ਹੈ, ਜੋ ਆਪਣੇ ਉਹਨਾਂ ਨੇ ਅੰਕਿਤ ਕੀਤਾ ਮਨੁੱਖ ਵਾਸਤੇ। ਤੀਨ ਸਮਾਏ ਏਕ ਕਰਤਾਰਥ, ਗੁਰੂ ਦੇ ਪਾਸ ਚਾਰ ਪਦਾਰਥ ਨੇ, ਉਹ ਤਿੰਨਾਂ ਪਦਾਰਥਾਂ ਨੂੰ ਇੱਕ ਸਾਧਨ ਦੇ ਰੂਪ ਵਿੱਚ ਤੁਹਾਨੂੰ ਵਰਤਣਾ ਦੱਸਦਾ, ਤਾਂ ਤੁਸੀਂ ਚੌਥੇ ਪਦਾਰਥ ਦੀ ਪ੍ਰਾਪਤੀ ਕਰ ਸਕੋਗੇ, ਅਦਰਵਾਈਜ਼ ਨਹੀਂ। ਤੋ ਇਸ ਲਈ ਤਿੰਨਾਂ ਪਦਾਰਥਾਂ ਨੂੰ ਜਦੋਂ ਅਸੀਂ ਤੱਕ ਸੰਸਾਰਿਕ ਐਂਗਲ ਤੋਂ ਵਰਤਾਂਗੇ, ਉੱਥੇ ਖਚਿਤ ਹੋ ਕੇ ਰਹਿ ਜਾਂਗੇ, ਇਨਵੋਲਵਮੈਂਟ ਹੋ ਜਾਏਗੀ, ਭੁੱਲ ਜਾਵਾਂਗੇ ਕਿ ਸਾਡਾ ਚੌਥਾ ਪਦਾਰਥ ਵੀ ਕੋਈ ਮੁਕਤੀ ਹੈ। ਤੋ ਇਸ ਲਈ ਤਿੰਨਾਂ ਪਦਾਰਥਾਂ ਦੀ ਵਰਤੋਂ ਅਤੇ ਕੁਵਰਤੋਂ ਗੁਰਬਾਣੀ 'ਚ ਬਹੁਤ ਸੋਹਣੀ ਸਮਝਾਈ ਆ। ਬਾਬਾ ਹੋਰ ਸੋਣਾ ਖੁਸ਼ੀ ਖੁਆਰ, ਬਾਬਾ ਹੋਰ ਪਹਿਨਣਾ ਖੁਸ਼ੀ ਖੁਆਰ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਆਚਾਰ ਵਿਹਾਰ ਅਤੇ ਆਚਾਰ, ਖਾਣਾ, ਸੌਣਾ, ਪਹਿਨਣਾ, ਇਹ ਜੀਵਨ ਦੀਆਂ ਲੋੜਾਂ ਨੇ।